ਪਿਛਲੇ ਦਿਨੀ ਜਿਹੜੀ ਸੁਲਤਾਨਪੁਰ ਲੋਧੀ ਆਪਣੇ ਕੈਬਨਿਟ ਦੀ ਮੀਟਿੰਗ ਵੀ ਕੀਤੀ, ਉਹਦੇ ਵਿੱਚ ਇਹ ਗੱਲ ਕਈ ਦੁਹਰਾਈ ਗਈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਾ ਸਹਿਯੋਗ ਦੇਵਾਂਗੇ ਅਤੇ ਨਾਲ ਦੀ ਨਾਲ ਦੂਜੀ ਗੱਲ ਵੀ ਕਰਤੀ, ਅਸੀਂ ਵੱਖਰੀ ਸਟੇਟ ਵੀ ਲਾਵਾਂਗੇ। ਸੋ ਇਹਦੇ ਨਾਲ ਦੁਬਿਧਾ ਪੈਦਾ ਹੋ ਗਈ ਸਾਰੀਆਂ ਸਿੱਖ ਸੰਗਤਾਂ 'ਚ ਕਿ ਉਹ ਸਹਿਯੋਗ ਦੇ ਰਹੇ ਨੇ ਕਿ ਵੱਖਰੇ ਮਨਾ ਰਹੇ ਨੇ। ਸੋ ਇਹ ਦੁਬਿਧਾ ਦੂਰ ਕਰਨ ਵਾਸਤੇ ਔਰ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨੋ, ਸਿੱਖ ਕੌਮ ਦੀਆਂ ਭਾਵਨਾ ਦੀ ਜੋ ਤਰਜਮਾਨੀ ਅਸੀਂ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਉਹਨੂੰ ਪੂਰਾ ਸਹਿਯੋਗ ਦਿਓ।